ਬੱਚਾ 15 ਸਾਲਾਂ ਦਾ ਜੀ, ਹੁਣ ਹੋਇਆ 14 ਸਾਲਾਂ ਦਾ ਸੀ ਜਦੋਂ ਵਿਚਾਰੇ ਨੂੰ ਅਸੀਂ ਲਿਆ ਸੀ। ਪਹਿਲਾਂ ਦਿਹਾੜੀਆਂ ਕਰਦਾ ਸੀ ਪਿਛਲੇ ਸਾਲ, ਠੀਕ ਆ, 20-20 ਰੁਪਈਏ ਨੇ ਦਿਹਾੜੀਆਂ ਕਰਦਾ ਸੀ ਬੰਦਾ। ਪੋਚਾ ਲਾਉਂਦਾ ਸੀ ਕਦੀ ਕਿਸੇ ਦੁਕਾਨ 'ਤੇ, ਕਦੀ ਵਿਚਾਰਾ ਆਪਣਾ ਆਲੂ ਤੋੜਦਾ ਸੀ, ਕਦੀ ਝੋਨਾ ਵੱਢਦਾ ਸੀ। ਉਦੋਂ ਨਹੀਂ ਤੁਸੀਂ ਬੋਲੇ ਜੀ। ਹੁਣ ਜਿਹੜੀ ਗੱਲ ਚੱਲਣ ਦੀ ਜੀ, ਗਾਣਾ ਕਰਤਾ ਜੀ, ਮੁੱਖ ਮੰਤਰੀ ਜੇ ਮੁੱਖ ਮੰਤਰੀ ਉਹ, ਕੱਲ ਦਾ ਬੱਚਾ ਫਲਾਣ ਢੀਂਗ ਗਿਆ ਜੀ, ਹੈ ਮੁੱਖ ਮੰਤਰੀ ਦੇ ਛਿੱਤਰ ਮਾਰੋ, ਗੱਲ ਪੈ ਜਾਓ ਫਿਰ ਆ ਗਏ ਪੈਂਦੇ ਕਿਉਂ ਨਹੀਂ ਜੇ ਫੋਨਾਂ 'ਤੇ ਬੋਲਣ ਜੋਗੇ ਜੀ। ਗਲ ਪੈਣਾ ਸੌਖਾ ਕਿਤੇ? ਅਸੀਂ ਇੱਥੇ ਐਵੇਂ ਬੈਠੇ ਹਾਂ, ਚੂੜੀਆਂ ਪਾ ਕੇ ਬੈਠੇ ਹਾਂ, ਇਕੱਲੇ ਹੋਈਦਾ ਹਮੇਸ਼ਾ, ਬਾਉਂਸਰ ਨਹੀਂ ਰੱਖੇ 50-50, ਜਦੋਂ ਮਰਜ਼ੀ ਗਲ ਪੈ ਜਿੰਨੇ ਪੈਣਾ, ਠੀਕ ਹੈ ਨਾ, ਅੰਮ੍ਰਿਤਸਰ, ਤਰਨ ਤਾਰਨ, ਚੰਡੀਗੜ੍ਹ, ਜਿੱਥੇ ਮਰਜ਼ੀ ਗਲ ਪੈ ਜਾਵੇ ਕੋਈ ਚੱਕਰ ਹੀ ਨਹੀਂ, ਐਨੀ ਟਾਈਮ। ਮੈਨੂੰ ਤੇਰੀ ਸਮਝ ਨਹੀਂ ਆਉਂਦੀ, ਤੂੰ ਪੰਗੇ ਐਡੇ ਐਡੇ ਲੈਣਾ ਸਿੰਘੇ ਨਾਲ, ਤੂੰ ਕੰਟਰੋਵਰਸੀ ਕਰੀ ਜਾਂਦਾ ਹੈ ਵੀ ਦੱਸ ਯਾਰ, ਸਾਨੂੰ ਉਹ ਕੋਈ ਮਤਲਬ ਨਹੀਂ, ਤੂੰ ਜਿਹਦੇ ਨਾਲ ਮਰਜ਼ੀ ਕੰਟਰੋਵਰਸੀ ਕਰ ਯਾਰ, ਮੇਰਾ ਗਾਣਾ ਕਾਹਤੋਂ ਖਰਾਬ ਕਰਤਾ ਤੂੰ ਯਾਰ। ਪਹਿਲਾਂ ਤੁਹਾਡਾ ਵਿਰਸਾ ਟੀ ਵੀ ਚੈਨਲ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ, ਮੈਂ ਤੁਹਾਡਾ ਹੋਸਟ ਅਤੇ ਦੋਸਤ ਜੌਲ। ਆਏ ਦਿਨ ਸੋਸ਼ਲ ਮੀਡੀਆ 'ਤੇ ਕੋਈ ਨਾ ਕੋਈ ਮੁੱਦਾ ਗਰਮ ਹੋਇਆ ਰਹਿੰਦਾ, ਅਤੇ ਇਸੇ ਤਰ੍ਹਾਂ ਹੀ ਮੁੱਖ ਮੰਤਰੀ ਨੂੰ ਲੈ ਕੇ ਮੁੱਦਾ ਵੀ ਸੋਸ਼ਲ ਮੀਡੀਆ 'ਤੇ ਕਾਫ਼ੀ ਜ਼ਿਆਦਾ ਗਰਮ ਹੋ ਰਿਹਾ, ਜਿੱਥੇ ਕਿ ਮੁੱਖ ਮੰਤਰੀ ਦਾ ਨਵਾਂ ਗਾਣਾ ਆਇਆ ਜਿਸ ਵਿੱਚ ਕਿਹਾ ਜਾ ਰਿਹਾ ਕਿ ਮੁੱਖ ਮੰਤਰੀ ਨੇ ਰਿਪਲਾਈ ਕੀਤਾ ਹੈ ਸਿੰਘੇ ਨੂੰ, ਜਿੱਥੇ ਕਿ ਸਿੰਘੇ ਨੂੰ ਰਿਪਲਾਈ ਕੀਤਾ ਅਤੇ ਉੱਥੇ ਹੀ ਕਿਹਾ ਜਾ ਰਿਹਾ ਕਿ ਮੁੱਖ ਮੰਤਰੀ ਨੇ ਗਾਣਾ ਕੀਤਾ ਹੈ ਚੋਰੀ, ਜਿਸ 'ਤੇ ਇਲਜ਼ਾਮ ਲਾਏ ਨੇ ਏਕਮ ਬਾਵਾ ਨੇ, ਅਤੇ ਉਹਨਾਂ ਨੇ ਹੋਰ ਕੀ ਕਿਹਾ, ਆਓ ਇੱਕ ਝਲਕ ਮਾਰਦੇ ਹਾਂ ਵੀਡੀਓ ਦੇ ਵੱਲ। ਸੋ ਯਾਰ, ਮੈਂ ਨਾ ਕਦੇ ਲਾਈਵ ਨਹੀਂ ਹੁੰਦਾ, ਮੈਂ ਬਹੁਤ ਘੱਟ ਫੇਸਬੁੱਕ 'ਤੇ ਅੱਜ ਤੱਕ ਲਾਈਵ ਹੋਇਆ, ਕਿਉਂਕਿ ਮੈਨੂੰ ਨਾ ਆਹ ਚੀਜ਼ਾਂ ਸੱਚੀ ਮੈਨੂੰ ਸ਼ੌਂਕ ਹੀ ਹੈ ਨਹੀਂ ਯਾਰ ਵੀ ਲਾਈਵ ਹੋਵਾਂ ਮੈਂ ਇੱਥੇ ਹੋਵਾਂ, ਕਿਉਂਕਿ ਆਪਣਾ ਜਿੱਦਾਂ ਜੱਕਾ ਚੱਲਦਾ ਆਪਾਂ ਚਲਾਈ ਜਾਂਦੇ ਹਾਂ। ਸੋ ਯਾਰ, ਮੈਂ ਨਾ ਇੱਕ ਗਾਣਾ ਸੁਣਿਆ ਅੱਜ, ਗਾਣੇ ਦਾ ਨਾਮ ਹੈ ਰਾਮ ਨਾਮ ਸੱਤ, ਉਹ ਗਾਣਾ ਉਹ ਜਵਾਕ ਜਿਹਾ ਕੋਈ ਮੁੱਖ ਮੰਤਰੀ ਉਹਨੇ ਗਾਇਆ, ਅਤੇ ਯਾਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ, ਇਹ ਗਾਣਾ ਨਾ ਮੇਰੇ ਕੋਲ 1 ਸਾਲ ਹੋ ਗਿਆ, 1 ਸਾਲ ਤੋਂ ਆ ਬਾਈ ਹੋਰੀ ਲੱਖੀ ਵੀਰਾ ਅਤੇ ਬਾਈ ਆ ਵੀਰਾ, 1 ਸਾਲ ਹੋ ਗਿਆ ਮੇਰੇ ਕੋਲ ਗਾਣਾ ਬਣੇ ਪਏ ਨੂੰ, ਇਹਨੂੰ ਨਾ ਪਤਾ ਕੀ ਆ ਵੀ ਇਹਦਾ ਵੀਰੇ ਗਾਣਾ 1 ਸਾਲ ਤੋਂ ਗਾਣਾ ਬਣਿਆ ਪਿਆ, ਜੀ ਸਕਿੱਲ ਦਾ ਮਿਊਜ਼ਿਕ ਹੈ ਅਤੇ ਸ਼ੇਰੇ ਧਾਲੀ ਵਾਲੇ ਵੀਰੇ ਦਾ ਲਿਖਿਆ ਹੋਇਆ ਸਾਹਿਬ, ਹੈ ਨਾ, ਅਤੇ ਬਹੁਤ ਬਹੁਤ ਮਤਲਬ ਬਹੁਤ ਟੀਮ ਨੇ ਮਿਹਨਤ ਕੀਤੀ ਹੋਈ ਸੀ ਆਹ ਗਾਣੇ 'ਤੇ। ਯਾਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਕਿ ਯਾਰ ਸਾਡਾ ਮੇਨ ਲਾਈਨ ਹੀ ਚੋਰੀ ਕਰ ਗਿਆ ਪਤੰਦਰ, ਪਿੱਛੇ ਬਾਈ ਸਾਡਾ ਕੰਪਨੀ ਤੋਂ, ਬਾਈ ਲੈਟ ਮਿਊਜ਼ਿਕ ਬਾਈ ਦੀ ਕੰਪਨੀ ਹੈ ਅਤੇ ਬਾਈ ਨੇ ਸਾਰੇ ਪੈਸੇ ਲਾਏ ਸੀਗੇ ਗਾਣੇ 'ਤੇ, ਯਾਰ ਪਤਾ ਕੀ ਆ, ਮੈਨੂੰ ਮੈਨੂੰ ਇੱਕ ਗੱਲ ਦੀ ਸਮਝ ਨਹੀਂ, ਯਾਰ ਤੈਨੂੰ ਕੀ ਗਾਲਾਂ ਕੱਢੀਏ, ਤੈਨੂੰ ਜਵਾਕ ਜਿਹਾ ਤੂੰ ਹੈਗਾ, ਤੂੰ ਮੈਨੂੰ ਤੇਰੀ ਸਮਝ ਨਹੀਂ ਆਉਂਦੀ, ਤੂੰ ਪੰਗੇ ਐਡੇ ਐਡੇ ਲੈਣਾ ਸਿੰਘੇ ਨਾਲ, ਤੂੰ ਕੰਟਰੋਵਰਸੀ ਕਰੀ ਜਾਂਦਾ ਹੈ ਵੀ ਦੱਸ ਯਾਰ, ਸਾਨੂੰ ਉਹ ਕੋਈ ਮਤਲਬ ਨਹੀਂ, ਤੂੰ ਜਿਹਦੇ ਨਾਲ ਮਰਜ਼ੀ ਕੰਟਰੋਵਰਸੀ ਕਰ ਯਾਰ, ਮੇਰਾ ਗਾਣਾ ਕਾਹਤੋਂ ਖਰਾਬ ਕਰਤਾ ਤੂੰ ਯਾਰ। ਵਧੀਆ ਪ੍ਰੋਜੈਕਟ ਤਿਆਰ ਹੋਇਆ, ਹਰੇਕ ਬੰਦੇ ਨੂੰ ਪਤਾ ਇੰਡਸਟਰੀ ਵਿੱਚ ਏਕਮ ਨੂੰ, ਏਕਮ ਦਾ ਗਾਣਾ ਆ ਰਿਹਾ ਰਾਮ ਰਾਮ ਸੱਤ, ਹਰ ਇੱਕ ਬੰਦੇ ਨੂੰ ਪਤਾ, ਹਰ ਇੱਕ ਸਿੰਗਰ ਨੂੰ ਪਤਾ, ਸ਼ੇਅਰ ਕਰਦੇ, ਕਹਿਣ ਦਾ ਮਤਲਬ ਕਿ ਹਰ ਇੱਕ ਸਿੰਗਰ ਨੂੰ ਪਤਾ ਵੀ ਗਾਣਾ ਆ ਰਿਹਾ, ਉੱਥੋਂ ਟਾਈਟਲ ਚੱਕ ਕੇ ਮੇਰੇ ਸਾਲਿਆਂ ਨੇ ਗਾਣਾ ਗਾਤਾ, ਸਾਰੇ ਇੰਡਸਟਰੀ ਦੇ ਵਿੱਚ ਗਾਣਾ ਮੇਰਾ ਪਿਆ, ਜਿੰਨੇ ਪ੍ਰੋਡਿਊਸਰ ਆ ਸਾਰਿਆਂ ਕੋਲੇ ਗਾਣਾ ਪਿਆ, ਜਿੰਨੇ ਮਿਊਜ਼ਿਕ ਡਾਇਰੈਕਟਰ ਆ, ਕਦੇ ਕਿਸੇ ਦੀ ਮੇਰਾ ਗਾਣਾ 1 ਸਾਲ ਤੋਂ ਬਣਿਆ ਪਿਆ, ਸਾਰੇ ਜਣੇ ਗਵਾਹੀ ਭਰਦੇ ਆ, ਸ਼ੇਰੇ ਬਾਈ ਦਾ ਗਾਣਾ ਲਿਖਿਆ ਹੋਇਆ ਸੀਗਾ ਤੇ ਹਨਾ, ਸਾਡੇ ਕੋਲ 1 ਸਾਲ ਪਹਿਲਾਂ ਦਾ ਗਾਣਾ ਬਣਿਆ ਪਿਆ ਤੇ ਬਾਈ ਨੇ ਸਾਰੇ ਪੈਸੇ ਲਾਏ ਹੋਏ ਆ, ਬਾਈ ਨੇ, ਬਾਈਆ ਸਾਹਿਬ ਨੇ ਸਾਰੇ ਪੈਸੇ ਲਾਏ ਆ ਲੈਟ ਮਿਊਜ਼ਿਕ ਤੋਂ, ਮੇਰਾ ਸਾਲਾ ਬਲੂੰਗੜੇ ਜਿੱਡਾ ਹੈਗਾ ਆ, ਤੇ ਉਹ ਮੈਨੂੰ ਇੱਕ ਗੱਲ ਦੀ ਸਮਝ, ਜਿਹਦੇ ਸਿਰ ਤੇ ਬੁੱਕ ਨਾ ਹੋਏ ਕੀ ਨਾ, ਉਹ ਰਣਵੀਰ ਬਾਠ ਬੂਠ ਜਾਂ ਕੀ ਨਾ, ਸਿੰਘੇ ਨੂੰ ਕਰੀ ਜਾਂਦਾ, ਉਹ ਤੇਰੇ ਪਿਓਾਂ ਵਰਗ ਹੈਗਾ, ਕਹਿੰਦੇ ਉਹ ਮਰੀ ਜਾਂਦਾ ਬਕਵਾਸ, ਘੱਟੋ ਘੱਟ ਇੰਨੀ 12-13 ਲੱਖ ਰੁਪਏ ਦੀ ਇਨਵੈਸਟਮੈਂਟ ਕਰੀ ਬੈਠੇ ਜੀ, ਸਾਰਾ ਗਾਣਾ ਮਿਊਜ਼ਿਕ ਵੀਡੀਓ ਹਰ ਚੀਜ਼ ਰੈਡੀ ਆ, ਸਾਰਾ ਕੁਝ ਇੰਨੀ ਮਿਹਨਤ ਕੀਤੀ ਟੀਮ ਨੇ, ਸਾਰੀ ਨੇ ਯਾਰ, ਲੱਗਿਆ ਸਾਡੀ ਸਾਰੀ ਟੀਮ ਨੂੰ ਬੜਾ ਦੁੱਖ ਹੈ ਇਸ ਚੀਜ਼ ਦਾ ਜੀ, ਮੈਨੂੰ ਬਹੁਤ ਅੱਛਾ, ਉਹਨਾਂ ਦੀ ਕੰਪਨੀਆਂ ਨੂੰ ਫੋਨ ਕਰ ਰਿਹਾ, ਮੂਰੇ ਬਦਮਾਸ਼ੀ ਦਿਖਾ ਰਿਹਾ ਮੈਨੂੰ ਕਿ ਯਾਰ ਤੁਸੀਂ ਕਿੱਡੇ ਕੁ ਬਦਮਾਸ਼ ਹੋ ਤੁਸੀਂ ਓਏ, ਮੈਨੂੰ ਸਮਝ ਨਹੀਂ, ਅਸੀਂ ਭਰਾਵਾ ਲੜਦੇ ਨਹੀਂ, ਪਹਿਲੀ ਗੱਲ ਤਾਂ ਅਸੀਂ ਹੱਥ ਜੋੜਦੇ ਆ ਤੇ ਮੁੜ ਕੇ ਫਾਨੇ ਹੀ ਡਾਈਦਾ, ਤੁਹਾਨੂੰ ਪੰਜਾਬੀ ਦੱਸਾਂ ਮੈਂ, ਮੇਰੀ ਗੱਲ ਸੁਣ, ਤੂੰ ਮੁੱਖ ਮੰਤਰੀ ਮੂਹਰੇ ਤਾਂ ਤੂੰ ਕਿਸੇ ਦੇ ਆਉਂਦਾ ਨੀ, ਤੂੰ ਚੂਚਾ ਜਿਹਾ ਤੂੰ ਹੈਗਾ,
ਮਿਹਨਤ ਨੀ ਦੇਖਦੇ ਵੀ ਤੁਸੀਂ ਯਾਰ ਕਰਦੇ ਮਾਰ ਕੇ ਦੋ ਹੱਥ ਜੇ ਉਹ ਪਿਓ ਨੇ ਜਿੰਨੀ ਮਿਹਨਤ ਕੀਤੀ ਹੈ ਨਾ ਉਹ ਮਿਊਜ਼ਿਕ ਡਾਇਰੈਕਟਰ ਨੂੰ ਪੁੱਛੀ ਵੀ ਤੈਨੂੰ 10 ਵਾਰੀ ਚੇਂਜ ਕਰਾਇਆ ਮੈਂ ਗਾਣਾ ਮੰਤਰੀ ਮੂੰਤਰੀ ਸੌ ਲੱਗੇ ਮੈਂ ਨਾ ਭੁੱਲ ਜਾਣਾ ਗਾ ਮੈਂ ਅੱਜ ਤੱਕ ਨੀ ਬੋਲਿਆ ਇੱਕ ਮਿੰਟ ਬਾਈ ਲਖੀ ਮੈਂ ਅੱਜ ਤੱਕ ਨੀ ਬੋਲਿਆ ਨਾ ਯਾਰ ਮੇਰੀ ਕਿਸੇ ਨਾਲ ਕੋਈ ਲਾਗ ਡਾਟਾ ਨਾ ਮੇਰੀ ਕਿਸੇ ਨਾਲ ਕੋਈ ਕੰਟਰੋਵਰਸੀ ਆ ਮੈਂ ਕਰਨਾ ਹੀ ਨਹੀਂ ਯਾਰ ਆ ਚੀਜ਼ਾਂ ਮੇਰੀ ਹਿੱਕ ਚ ਦਮ ਆ ਯਾਰ ਜੇ ਮੇਰੀ ਹਿੱਕ ਚ ਦਮ ਹੋਇਆ ਮੈਂ ਚੱਲ ਜੂ ਜੇ ਮੇਰੀ ਹਿੱਕ ਚ ਜੇ ਤੁਸੀਂ ਪਿਆਰ ਦੇ ਤਾ ਯਾਰ ਲੋਕਾਂ ਨੇ ਤਾਂ ਮੈਂ ਚੱਲ ਜਾਣਾ ਨਹੀਂ ਠੀਕ ਆ ਯਾਰ ਫਿਰਦੇ ਆ ਕੰਮ ਕੋਈ ਹੋਰ ਕਰ ਲਾਂਗੇ ਸਿੱਧੀ ਗੱਲ ਆ ਪਰ ਗੱਲ ਯਾਰ ਮੈਨੂੰ ਇੱਕ ਸਮਝ ਨਹੀਂ ਆਉਂਦੀ ਤੂੰ ਗਾਣਾ ਕਿੱਥੇ ਲਾ ਰਿਹਾ ਉਹ ਜਿਹਦੇ ਨਾਲ ਤੂੰ ਗਾਣਾ ਲਾ ਰਿਹਾ ਤੇਰਾ ਉਹ ਸਿੰਘਾ ਉਹ ਕਿਸੇ ਨੂੰ ਵਿਚਾਰਾ ਬੋਲਦਾ ਨੀ ਕੁਛ ਹੋਰ ਨੀ ਵਧੀਆ ਬੰਦਾ ਵਧੀਆ ਇਨਸਾਨ ਆ ਮੈਂ ਸਿੰਘੇ ਨੂੰ ਚੱਕ ਕੇ ਚੈਲੰਜ ਕਰੀ ਜਾਂਦਾ ਵੀ ਉਹਦਾ ਨਾਂ ਲੈ ਕੇ ਉਹਦਾ ਨਾਂ ਲੈ ਕੇ ਤੂੰ ਸਾਲਾ ਹਿੱਟ ਹੋਈ ਫਿਰਦਾਗਾ ਕੋਈ ਤੂੰ ਸਾਲੇ ਤੁਸੀਂ ਬੰਦੇ ਨਹੀਂ ਤੁਸੀਂ ਡਾਂਸਰ ਹੋ ਸਮਝ ਗਿਆ ਕਿਸੇ ਦਾ ਨਾਂ ਚੱਕ ਕੇ ਕਾਹਨੂੰ ਯਾਰ ਤੁਸੀਂ ਆਪਦੇ ਦਮ ਤੇ ਹਿੱਟੋ ਜੋ ਹੁਣ ਸਾਡੇ ਟਾਈਟਲ ਚੱਕ ਲਿਆ ਸਾਡੇ ਗਾਣੇ ਦਾ ਅਸੀਂ ਕੀ ਕਰੀਏ ਉਹਨੂੰ ਗਾਣੇ ਦਾ ਚਾਰ ਪਾਈਏ ਅਸੀਂ ਉਹਦਾ ਕੀ ਕਰੀਏ ਗਾਣੇ ਦਾ ਹੁਣ ਸਾਰਾ ਟਾਈਟਲ ਮੇਰਾ ਮੇਨ ਟਾਈਟਲ ਬਾਈ ਰਾਮ ਨਾਮ ਸੱਤ ਮੇਰਾ ਸਾਲ ਦਾ ਪ੍ਰੋਜੈਕਟ ਤਿਆਰ ਕੀਤਾ ਸਾਡੇ ਕੋਲ ਡੇਟਾਂ ਪਈਆਂ ਨੇ ਜਿਹੜੇ ਜਿਹੜੀ ਡੇਟ ਚ ਰਿਕਾਰਡਿੰਗ ਹੋਈ ਆ ਉਹ ਰਿਕਾਰਡਿੰਗ ਪਈ ਆ ਸਾਡੇ ਕੋਲ ਮਈ ਦਾ ਮੇਰਾ ਫਾਈਨਲ ਡਾਟਾ ਹੋਇਆ ਗਾਣਾ ਮੇਰੇ ਕੋਲ ਸਾਰੀ ਡਿਟੇਲ ਪਈ ਆ ਕਿ ਮੇਰੇ ਕੋਲ ਮਈ ਦਾ ਫਾਈਨਲ ਡਾਟਾ ਹੋਇਆ ਹਰ ਇੱਕ ਚੀਜ਼ ਪਈ ਆ ਸਾਡੇ ਕੋਲੇ ਅਸੀਂ ਪ੍ਰੂਫ ਕਰ ਸਕਦੇ ਆ ਕੋਈ ਉਦਾਂ ਨਹੀਂ ਕਹਿੰਦੇ ਹੈਗੇ ਹਰ ਇੱਕ ਸੱਚੀ ਦੱਸਾਂ ਇੱਕ ਮੁੱਖ ਮੰਤਰੀ ਗੱਲ ਆਪਣਾ ਗਾ ਕੇ ਦਿਖਾਓ ਗਾਣਾ ਗਾਣਾ ਸੁਣਾਓ ਇਹਨੂੰ ਰਾਮ ਰਾਮ ਸੱਤ ਗਾਣਾ ਸੁਣਾਓ ਰਾਮ ਰਾਮ ਸੱਤ ਨਹੀਂ ਖੜਜੋ ਯਾਰ ਮੈਂ ਗਾ ਕੇ ਸੁਣਾਉਣਾ ਇੱਕ ਮਿੰਟ ਗਾ ਕੇ ਸੁਣਾ ਮੁੱਖ ਮੰਤਰੀ ਮੈਂ ਸੱਚੀ ਕਹਿਣਾ ਤੂੰ ਹੈ ਹੀ ਜਵਾਕ ਹੈ ਮੈਂ ਅੱਜ ਤੱਕ ਬੋਲਿਆ ਨਹੀਂ ਮੈਨੂੰ ਪਰਮਾਤਮਾ ਦੀ ਕਸਮ ਯਾਰ ਮੈਂ ਕਿਸੇ ਨਾਲ ਕੰਟਰੋਵਰਸੀ ਕਰਦਾ ਨਹੀਂ ਠੀਕ ਹੈ ਨਾ ਪਰ ਮੈਂ ਤੈਨੂੰ ਬ੍ਰਦਰ ਇੱਕ ਗੱਲ ਸੱਚੀ ਕਹਿ ਰਿਹਾ ਅੱਕ ਕੇ ਜਮੀ ਮੈਂ ਤੇਰਾ ਅੱਕ ਕੇ ਕਹਿ ਰਿਹਾ ਇਸ ਟਾਈਮ ਨਾ ਤੂੰ ਮੇਰਾ ਨੁਕਸਾਨ ਕਰਵਾਤਾ ਬਹੁਤ ਜ਼ਿਆਦਾ ਮੈਂ ਤੇਰਾ ਨਾਸ ਮਾਰ ਦਿੰਦਾ ਓਏ ਸੌ ਲੱਗੇ ਜੇ ਤੂੰ ਜਵਾਬ ਜਾਣਾ ਹੁੰਦਾ ਬਈਆ ਸਾਹਿਬ ਨਾ ਹੁਣੇ ਅਸੀਂ ਪਹਿਲਾਂ ਨਾ ਇਸ ਚੀਜ਼ ਤੇਰੇ ਨਾਲ ਤੇ ਨਾ ਆ ਤੇਰੇ ਬਾਠ ਬੂਟ ਜੇ ਨੂੰ ਤੇ ਆਪਦੇ ਮੈਨੇਜਰ ਜੇ ਨੂੰ ਜਿਹੜਾ ਤੂੰ ਚੱਕੀ ਅਸੀਂ ਨੇ ਫੋਨ ਚੱਕੇ ਨਾ ਚੰਗੀ ਤਰ੍ਹਾਂ ਚਗਲ ਜਿਆ ਚਪੜੇ ਬਹੁਤ ਬੰਦੇ ਹੁੰਦੇ ਇੱਕ ਗੱਲ ਦੱਸਦੇ ਨੂੰ ਹਾਂ ਆ ਬਾਠ ਸਾਲੇ ਮੁੱਖ ਮੰਤਰੀ ਦੇ ਯਾਰ ਚੋਰੀਆਂ ਨਾ ਕਰਿਆ ਕਰੋ ਵੀਰੇ ਗਾਓ ਕੋਈ ਚੱਕਰ ਨਹੀਂ ਗਰੀਬ ਘਰ ਦਾ ਬੰਦਾ ਹੈਗਾ ਫਿੱਟ ਹੋ ਜੂ ਸਾਨੂੰ ਕੋਈ ਦੁੱਖ ਨਹੀਂ ਹੈ ਗਰੀਬ ਘਰ ਦਾ ਕੋਈ ਕਾਮਯਾਬ ਹੋ ਜੂ ਦੁੱਖ ਨਹੀਂ ਹੈ ਨਾ ਅੱਜ ਤੱਕ ਤੁਸੀਂ ਕਿਸੇ ਕਿਤੇ ਨਾਲ ਕੰਟਰੋਵਰਸੀ ਕਰ ਲਈ ਕਦੇ ਸਿੱਧੂ ਮੂਸੇ ਨੇ ਕਰ ਲਈ ਉਹ ਮੈਨੂੰ ਤੁਹਾਡੀ ਸਮਝ ਨਹੀਂ ਆਉਂਦੀ ਓਏ ਉਹ ਜਨਾਨੀਆਂ ਕਿਉਂ ਬਣਦੇ ਹੋ ਤੁਸੀਂ ਕਿਉਂ ਬਣਦੇ ਬੰਦਿਆਂ ਕੋ ਗੱਲ ਕਰੀ ਦੀ ਹੁੰਦੀ ਆ ਸਿੱਧਾ ਹਿੱਕ ਚ ਵੱਜੋ ਯਾਰ ਆ ਕੇ ਸਿੱਧਾ ਵੱਜੋ ਆ ਕੇ ਥੋੜੇ ਸਿੱਧਾ ਮਾਂ ਦਾ ਸਿੱਧਾ ਹਿੱਕ ਚ ਵੱਜੋ ਜੇ ਐਡਾ ਤੁਹਾਡੇ ਚ ਦਮ ਆ ਤਾਂ ਜਾ ਕੇ ਉਹਦੀ ਸਿੰਘੇ ਦੀ ਹਿੱਕ ਚ ਵੱਜੋ ਤੁਸੀਂ ਉਹਨੂੰ ਕਹੀ ਜਾਂਦੇ ਮਾਰ ਦਾਂਗੇ ਤੇਰਾ ਰਾਮ ਨਾਮ ਸੱਤ ਕਰਾ ਦਾਂਗੇ ਹਿੱਕ ਚ ਵੱਜੋ ਜਾ ਕੇ ਇਹਨਾਂ ਕੋਲ ਨਾ ਰਾਮ ਨਾਮ ਸੱਤ ਤੈਨੂੰ ਪਤਾ ਕੀ ਹੁੰਦਾ ਤੇਰਾ ਇੱਕ ਚਪੇੜ ਮਾਰੀ ਨਾ ਮੈਂ ਸੱਚੀ ਕਰਾਂ ਮੈਂ ਦਰਦਲ ਪਾ ਦੂੰ ਭੈਣ ਚ ਹਰਕਤਾਂ ਕਰਨਾ ਅਦਾਲਤ ਚ ਜਾਣਾ ਉੱਥੋਂ ਸੋਟੇ ਜਾਏਗਾ ਪੈਸੇ ਦੇ ਸਿਰ ਤੇ ਸਾਰਾ ਕੁਛ ਕਰ ਲੇਗਾ ਬਟ ਇੱਕ ਰੱਬ ਆ ਜਿਹੜੀ ਐਡੀ ਕੁ ਵੱਡੀ ਅਦਾਲਤ ਆ ਉੱਥੇ ਉੱਥੇ ਕਿਸੇ ਦੀ ਨੀ ਚੱਲਦੀ ਉਹ ਬਾਬਾ ਕਹਿੰਦਾ ਜਿਹੜੇ ਘਟੀਆ ਲੋਕ ਨੇ ਵੀ ਮੈਂ ਬੈਠਾ ਰਾਮ ਰਾਮ ਸੱਤ ਕਰਾਉਣ ਲਈ ਅਸੀਂ ਗਾਣਾ ਰੱਬ ਤੇ ਲਿਖਿਆ ਸੀ ਤੂੰ ਸਾਡੇ ਗਾਣੇ ਦਾ ਨਾਸ ਮਾਰਤਾ ਸਾਡੀ ਸਾਰੀ ਮਿਹਨਤ ਖਰਾਬ ਕਰਤੀ ਮਿਹਨਤ ਖਰਾਬ ਕਰਤੀ ਮੈਨੂੰ ਪਤਾ ਬਾਈ ਮੈਂ ਜਿੱਦੇ ਗਾਣਾ ਡੱਬ ਕੀਤਾ ਮੈਨੂੰ 7 ਘੰਟੇ ਲੱਗੇ ਸੀ ਮੈਨੂੰ 100 ਲੱਗੇ ਯਾਰ ਬਾਈ 7 ਘੰਟੇ ਲੱਗੇ ਸੀ ਮੈਂ ਜਿੱਦੇ ਗਾਣਾ ਡੱਬ ਕੀਤਾ ਬਾਈ ਯਾਰ ਠੀਕ ਆ ਮੈਨੂੰ ਪਤਾ ਮੇਰਾ ਗਲਾ 2 ਦਿਨ ਖਰਾਬ ਰਿਹਾ ਸੀਗਾ ਮੈਨੂੰ ਸਮਝ ਨੀ ਆਉਂਦੀ ਨਾਲੇ ਤੁਸੀਂ ਕਿੱਡੇ ਕੁ ਬੈਲੀ ਹੋ ਮੈਨੂੰ ਇੱਕ ਗੱਲ ਦੱਸ ਤੁਸੀਂ ਕਿੱਡੇ ਕੁ ਬੈਲੀ ਹੋ ਤੁਸੀਂ ਕੁਛ ਵੀ ਨਹੀਂ ਜਵਾਬ ਰੋਟੀ ਪਹਿਲਾਂ ਤੁਸੀਂ ਕਿੰਨੇ ਵਾਰੀ ਮਾਫੀਆਂ ਮੰਗ ਕੇ ਆਇਆ ਉਹ ਬਾਠ ਗੱਲ ਸੁਣ ਮੇਰੀ ਰਣਵੀਰ ਸਿੰਘ ਤੂੰ ਕਿੰਨੇ ਵਾਰੀ
ਕਿੰਨੇ ਵਾਰੀ ਮਾਫੀਆਂ ਮੰਗ ਕੇ ਆਇਆ ਤੂੰ ਦੱਸ? ਕਹਿੰਦੇ ਆ ਮੁੜ ਕੇ ਕਹਿਣਗੇ ਜਵਾਕ ਹੈ ਜੀ, ਮੁੜ ਕੇ ਕਹਿਣਗੇ ਜਵਾਕ ਹੈ ਜੀ, ਹਾਂ ਇਹ ਅਸੀਂ ਮਾਫੀ ਮੰਗ ਲਿਆ ਛਿੱਤਰ ਸਾਡੇ ਮਾਰ ਲਓ, ਛੁੱਟ ਦਿਓ ਕਾਹਦੇ ਲਈ ਪਾਇਆ, ਮੁੜ ਕੇ ਕਹਿਣਗੇ ਛਿੱਤਰ ਸਾਡੇ ਮਾਰ ਲਓ ਜੀ, ਇਹ ਤਾਂ ਜਵਾਕ ਆ, ਹੁਣ ਛੁੱਟ ਕੇ ਕੀ ਛਿੱਤਰ ਮਾਰੀਏ ਸਾਲਾ ਅਸੀਂ, ਇਸ ਤੋਂ ਰਿਕਾਰਡਿੰਗ ਵਾਇਰਲ ਕਰਦੇ ਆ। ਸਾਰੀ ਗੱਲ ਸੁਣੋ, ਮੈਂ ਕੀ ਜਿਹੜਾ ਸਾਰੀਆਂ ਰਿਕਾਰਡਿੰਗਾਂ ਪਈਆਂ ਮੇਰੇ ਕੋਲ ਸਾਰਾ ਕੁਝ, ਬਾਈ ਯਾਰ ਜਿੰਨੇ ਜਣੇ ਮੈਨੂੰ ਪਿਆਰ ਕਰਦੇ ਹੋ ਨਾ ਆ ਸ਼ੇਅਰ ਕਰ ਦਿਓ ਇੱਕ ਵਾਰੀ ਵੀਰ ਬਣ ਕੇ ਯਾਰ, ਮੈਂ ਤੁਹਾਨੂੰ ਕਦੇ ਲਾਈਵ ਹੋ ਕੇ ਨਹੀਂ ਕਿਹਾ, ਸੱਚੇ ਕਹਿਣਾ ਯਾਰ ਇੱਕ ਵਾਰੀ ਸ਼ੇਅਰ ਕਰ ਦਿਓ ਮੇਰਾ ਵੀਰ ਬਣ ਕੇ, ਮੈਂ ਨਹੀਂ ਮੰਜੀ ਠੋਕਣੀ ਆ, ਸੱਚੇ ਕਹਿਣਾ ਯਾਰ। ਚਲੋ ਠੀਕ ਹੈ, ਬਾਕੀ ਮੰਤਰੀ ਤੂੰ ਜਵਾਕ ਸੀ, ਹਾਂ ਜੇ ਕਿਤੇ ਤੂੰ ਤਾਂ ਬਚ ਗਿਆ, ਤੈਨੂੰ ਮੈਂ ਇੱਕ ਗੱਲ ਦੱਸਦਾ, ਹੁਣ ਤੂੰ ਮਾਫੀ ਮੰਗਾਉਣੀ ਹੈ, ਮੰਗਾਈ ਨਾ ਮਾਫੀ ਤਾਂ ਮੰਗਾਉਣੀ, ਫੇਰ ਗੱਲ ਕਰੀ ਤੈਨੂੰ ਮੈਂ, ਫੇਰ ਮਾਫੀ ਤਾਂ ਮੰਗਾ ਕੇ, ਬਾਕੀ ਤੂੰ ਬਾਕੀਆਂ ਨੂੰ ਕੰਟਰੋਵਰਸੀ ਲਿਆ ਆ ਨਾ, ਹੁਣ ਜਿਹੜੇ ਲਾਈਵ ਹੋ ਕੇ ਪਤੰਦਰ ਨੂੰ ਲਿਆ ਆ ਨਾ, ਮੈਂ ਬੋਲਿਆ ਨਹੀਂ ਅਜੇ ਤੱਕ, ਇਹਨੂੰ ਮਾਫੀ ਤਾਂ ਮੰਗਣੀ ਪੈਣੀ ਹੈ, ਜੇ ਨਾ ਮੰਗੀ ਨਾ ਪੁੱਤ ਇਹ ਜੀ ਜਿਹੜਾ ਫਾਨਾ ਪਾਉਂਗਾ ਮੁੜ ਕੇ ਤੇਰੇ ਬਾਠ ਬੂਟ ਦੀ, ਨਾਲੇ ਤੇਰੀ ਦੀ ਐਸੀ ਤੇ ਅਸੀਂ ਮੁੜ ਕੇ ਨਿਕਲਣਾ ਵੀ ਨਹੀਂ ਕੁਛ, ਸਾਲੇ ਬਾਂਦਰ। ਚਲੋ ਯਾਰ ਬਾਈ ਥੈਂਕ ਯੂ, ਲਵ ਯੂ ਯਾਰ, ਤੁਸੀਂ ਸ਼ੇਅਰ ਕਰ ਦਿਓ ਇੱਕ ਵਾਰੀ, ਇਹਨਾਂ ਨੇ ਗਲਤ ਕੀਤਾ ਯਾਰ ਮੇਰੇ ਨਾਲ ਜਿੰਨਾ ਕੁਛ ਕੀਤਾ।